माड़ी मोटी तेल लगू के रखी होनी कड लिया बिचो पीए बिना तू डिंगरी तुरै जाना दे हुण पीनी कोई ड्रामा करना पऊगा लै कर दे शुरू फिर ड्रामा देखी जाऊ की बनता है आए आए ਉਹ ਬੰਦਾ ਚੱਕਰ ਆਦੇ ਨੇ ਉਹ ਮੇਰਾ ਸਿਰ ਘੁੰਮਦਾ ਲੈ ਮੇਰੇ ਪਿਓ ਦੇ ਸਾਲੇ ਨੇ ਇਹਨੂੰ ਪੁੱਛੇ ਨੂੰ ਕੀ ਹੋ ਗਿਆ ਹੁਣ ਤਾਂ ਮੈਂ ਹਾਕਾ ਮਾਰ ਕੇ ਆਈ ਆ ਇਹ ਬੰਦਾ ਤਾਂ ਮੈਨੂੰ ਜਿਵੇਂ ਕੁੱਤੀ ਸਮਝਦਾ ਲੈ ਜਾ ਕੇ ਦੇਖਿਆ ਨੂੰ ਕੰਜਰ ਨੂੰ ਕੀ ਹੋਏਗਾ ਇਹਨੇ ਕਿੱਥੇ ਮਰ ਗਈ ਕਿਤਰੇ ਕਾਲਾ ਲਾਗ ਲੜ ਗਿਆ ਹੁਣ ਤਾਂ ਮੈਂ 50 ਮਾਜਾ ਮਾਰ ਕੇ ਗਈ ਆ ਤੈਨੂੰ ਉਹ ਤਾਂ ਤੂੰ ਉੱਠਿਆ ਨਹੀਂ ਆਏ ਨਹੀਂ ਮੇਰਾ ਸਿਰ ਵੀ ਘੁੰਮਦਾ ਮੰਜਾ ਵੀ ਘੁੰਮਦਾ ਨਹੀਂ ਮੇਰੀ ਜਾਨ ਗਈ ਨਹੀਂ ਬੇ ਹੁਣ ਮੈਨੂੰ ਆਏ ਦੱਸ ਤੇਰਾ ਸਿਰ ਫੜਾ ਕਿ ਮੰਜਾ ਫੜਾ ਵਰਨ ਫੜਾਣ ਦੀ ਕੋਈ ਲੋੜ ਨਹੀਂ ਜਿਹੜਾ ਕੋਈ ਪਊਆ ਲਕੋਰ ਖਿਆ ਉਹ ਲਿਆ ਦੇ ਨਹੀਂ ਮੇਰੀ ਜਾਨ ਤਾਂ ਗਈ ਬੇਸ਼ਰਾਬੀ ਆ ਮੈਨੂੰ ਐ ਦੱਸ ਤੇਰਾ ਪਊਆ ਲਕੋ ਨੂੰ ਗਾਹ ਮੈਂ ਫਿੰਨੀ ਆਗੀ ਜੇ ਬਾਲੇ ਤੈਨੂੰ ਕੋਈ ਕਸਰ ਹੋ ਰਹੀ ਹੈ ਨਾ ਤਾਂ ਸੰਤਾਂ ਦਾ ਜਲ ਕਰਿਆ ਪਿਆ ਉਹ ਲਿਆ ਦੇ ਮੈਂ ਤੈਨੂੰ ਨਹੀਂ ਸੰਤਾਂ ਦੇ ਜਾਲੂ ਮਾਰ ਗੋਲੀ ਨਹੀਂ ਵਿੱਚ ਲਾਲ ਪਰੀ ਦਾ ਕੋਈ ਛਿੱਟਾ ਪਾ ਦੇ ਮੇਰੀ ਜਾਨ ਬਚ ਜੂਗੀ ਬੇ ਖਬਰਦਾਰ ਜੇ ਮੇਰੇ ਸੰਤਾਂ ਬਾਰੇ ਮਾੜਾ ਚੰਗਾ ਬੋਲਿਆ ਮੈਂ ਤਾਂ ਸਿਰ ਨਾ ਬੜਵਾ ਲਈ ਬੇਲੇ ਨਾਲ ਨੀ ਜਿਹੜਾ ਕੁਛ ਮਾਰਨਾ ਫੇਰ ਮਾਰ ਲਈ ਨੀ ਮੈਨੂੰ ਦਾਰੂ ਦੀ ਘੁੱਟ ਫਰਾ ਦੇ ਨੀ ਮੇਰੀ ਜਾਨ ਬਚਾ ਦੇ ਮੇਰੀ ਜਾਨ ਤਾਂ ਗਈ ਤੇ ਮੈਨੂੰ ਐ ਦੱਸ ਚੋਰਿਆ ਇਹ ਕਿਹੜੀ ਬਿਮਾਰੀ ਜਿਹੜੀ ਦਾਰੂ ਪੀ ਕੇ ਠੀਕ ਹੁੰਦੀ ਹੈ ਇਹ ਬਹੁਤ ਵੱਡੀ ਬਿਮਾਰੀ ਹੈ ਇਹ ਤਾਂ ਦਾਰੂ ਪੀਤੀ ਤੋਂ ਠੀਕ ਹੋ ਉਹ ਕਹੇ ਨਹੀਂ ਕਰਦੇ ਸਿਆਣੇ ਵੀ ਦਾਰੂ ਦੇ ਤੋੜੇ ਹੋਵੇ ਤਾਂ ਦਾਰੂ ਨਾਲ ਠੀਕ ਹੁੰਦਾ ਬੇ ਤੂੰ ਕਿਧਰੇ ਨਹੀਂ ਮਰਦਾ ਜੇ ਤੈਨੂੰ ਮਰਨਾ ਵੀ ਪੈ ਗਿਆ ਨਾ ਤੇਰੇ ਵਰਗਾ ਬੰਦਾ ਤਾਂ ਦੋ ਵਾਰ ਚ ਨਿਲੂਗਾ ਝੋਟਾ ਕਿਸੇ ਥਾਂ ਦਾ ਨਾ ਹੋਵੇ ਤਾਂ ਨਹੀਂ ਲਿਆ ਦੇ ਨਹੀਂ ਕੁੱਟਾ ਨਹੀਂ ਮੁਰਦੇ ਜਾਨ ਪਾ ਦੇ ਨਹੀਂ ਤੇਰਾ ਪੁੰਨ ਲੱਗੂਗਾ ਬੇ ਸ਼ਰਾਬੀ ਆ ਜਿੱਥੇ ਤੈਨੂੰ ਦੀਵੇ ਨਾ ਚੱਕ ਕੇ ਪੀ ਲੈ ਮੈਂ ਨਹੀਂ ਹੱਥ ਲਾਉਂਦੀ ਨਾ ਤੇਰੇ ਵਰਗੇ ਨੂੰ ਘੁੱਟਣਾ ਕੀ ਬਣੂਗਾ ਤੇਰੇ ਵਰਗਾ ਤਾਂ ਡਰਮ ਪੀ ਕੇ ਨਾ ਗੀਤ ਗਾਉਂਦਾ ਫਿਰਦਾ ਹੁੰਦਾ ਦਾਰੂ ਤਾਂ ਨਾਲ ਜੱਟ ਦੇ ਕਬਰਾਂ ਤੱਕ ਜਾਊਗੀ ਨਹੀਂ ਲਿਆ ਦੇ ਨਹੀਂ ਦੇ ਮੈਨੂੰ ਕੁਝ ਹੋ ਗਿਆ ਫਿਰ ਤਾਂ ਪੈਸੇ ਲਾਂਗੀ ਘਰ ਲੱਗਣ ਨੂੰ ਤਾਂ ਹੋ ਜੂ ਨਹੀਂ ਸ਼ਿੰਦਰੇ ਇਹ ਜੇ ਬੰਦੇ ਦਾ ਕੀ ਪਤਾ ਹੈ ਸੱਚੀ ਮਰ ਜੇ ਫਿਰ ਲੋਕ ਕਹਿਣਗੇ ਜੈ ਬੱਡੇ ਦੇ ਮੰਜੇ 'ਚ ਪਾ ਕੇ ਮਾਰਤਾ पर कानू ਇਹ ਤਾਂ ਤੜਕੀ ਕੀੜੇ ਉੱਠ ਖੜਦੇ ਨੇ ਨਿਰਨੇ ਕਾਲ 'ਚ ਇਹ ਮਰੂਗਾ ਕਿਸੇ ਨੇ ਪੀ ਕੇ ਚੱਲ ਤਰਾ ਕੱਟ ਰਾਂ ਲੈ ਫੜ ਉੱਠ ਖੜ ਡੱਬ ਲੈ ਨੂੰ ਉਠ ਰਿਹਾ ਓਏ ਕਾਲਜਾ
ਲੈ ਹੁਣ ਪੱਗ ਪੁੱਗ ਬੰਨਾ ਯਾਰਾਂ ਦੋਸਤਾਂ ਨੂੰ ਪਤਾ ਲੱਗੇ ਵੀ ਜੱਟ ਘਰੇ ਉਹ ਵੀ ਗਿਆ ਲੈ ਚੱਲ ਵੀ ਪਹੋ ਖੜਾ ਹੁਣ ਇਹਨੂੰ ਤਾਰ ਭਰਨੇ ਕਿੰਦਰਾ ਤੇਰੀ ਟੋਕ ਤੈਨੂੰ ਇਹ ਨਾ ਲੱਗਦੇ ਹੁਣ ਬਣੀ ਹੈ ਗੱਲ ਹੁਣ ਬਣ ਗਿਆ ਦਰਦਾਰ क्यों भाई बैलियो बनो कोई जंगड़ लाल परी दा जा जर दे नाल ही सारोंगे मैं ता अज थोड़े सारे आ मेनू नहीं पता करो ना करो देखता मेरे साला कैवें बोलदा है दिनो दी अगे रोज बकरे नाल पियांदा सानू साला जे तू एडा जगीरदार बनदा अज तू नू नाल ही पिया दे मार बकरे दे गोली परवाह ना मन महत नू पिया के दिखाऊं ओए लड़दे क्यों तुसी टेंशन ना लो हैगा मेरे कोल इंतजाम तू लाएगा इंतजाम बड़ा खब्बी खान अखां ते तेरी खुलदियां नहीं ओए ओए कमलिया तेनू नहीं पता ओही पियाऊगा जेड़ा पनू रोज पियांदा कौन मी पस्ताद अच्छा भाई ਮੈਨੂੰ ਬਾਸ਼ਨਾ ਆਉਂਦੀ ਆ ਜਿਵੇਂ ਮੀਂਹ ਪਾਉਂਦਾ ਹੋਵੇ ਪਿੱਛੋਂ ਮਾਰੋ ਦਾ ਘੇਰਾ ਝਾਤੀ ਆਉਂਦਾ ਉਹ ਆਉਂਦਾ ਬਈ ਲੈ ਫਿਰ ਮੂਰੇ ਹੋ ਜਾਓ ਘੇਰਾ ਕੋਈ ਨਾ ਲਵੇ ਜੇ ਤਾਂ ਆ ਜਾਂਦੇ ਠੀਕ ਹੈ ਮੁੰਡਿਓ ਚੱਕ ਲੋ ਹੋ ਜਾਓ ਤੇ ਕਦੰਦਰੋ ਕਿਧਰ ਭੱਜਦੇ ਓ ਚੱਕ ਲੋ ਕਿਧਰੇ ਓ ਕਿਵੇਂ ਮਰੇ ਪਏ ਹੋ ਮਰ ਕੇ ਇਸ ਤਾਂ ਪਿਆ ਦੇ ਲਾ ਦੇ ਕੋਈ ਜਗਾੜ ਆਪ ਤਾਂ ਤੂੰ ਡੱਗਿਆ ਫਿਰਦਾ ਸਾਨੂੰ ਪਤਾ ਹੈ ਓਏ ਜਾਈ ਪਿੱਛੇ ਆ ਨਾ ਰਹੀ ਹੋਵੇ 2 ਘੰਟੇ ਤੱਕ ਟਿਕਾਣੇ ਤੇ ਆ ਜਾਓ ਮੈਂ ਚੱਲਦਾ ਪਰਾਂ ਹੋ ਜਾਓ ਪਰਾਂ ਕੀ ਗੱਲ ਆ ਮੈਂ ਬਹੁਤ ਦੂਰ ਨੇ ਐਦਾਂ ਮਰ ਜਾਏ ਓਏ ਪਿੱਛੇ ਆ ਰਹੇ ਦੇ ਉਹਨੇ ਆ ਗਈ ਨਾ ਵਿੱਚ ਸਾਂ ਨੂੰ ਕਰੂ ਨਾ ਹੁਣੀ ਕਰ ਉਹ ਮੈਂ ਤੁਸੀਂ ਫਿਰ ਉੱਥੇ ਆਜ ਬਾਅਦ ਟਿਕਾਣੇ ਤੇ ਆ ਜਾਓ ਠੀਕ ਹੈ ਓਏ ਪਤੰਦਰੋਂ ਜਿਹੜੇ ਹਿਸਾਬ ਨਾਲ ਉਹ ਆਪਾਂ ਨੂੰ ਠਿਕਾਣਾ ਦੱਸ ਗਏ 2 ਘੰਟੇ ਤਾਂ ਆਪਾਂ ਨੂੰ ਬਹੁਤ ਥੋੜੇ ਨੇ ਕੋਲੇ ਖਤਮ ਨੇ ਆਪਾਂ ਹੁਣੀ ਤੁਰ ਲੋ ਫੇਰ ਪਹੁੰਚਾਂਗੇ ਅਸੀਂ ਕਾਦੇ ਸਾਰੇ ਤੁਰੀਏ ਪੁੜੀ ਦਾ ਤੂੰ ਮਲੀ ਜੰਨੇ ਓਏ ਭਾਈ ਸਾਤੋਂ ਨਹੀਂ ਤੁਰਿਆ ਜਾਂਦਾ ਦੇਖ ਓਏ ਪਤੰਦਰੋ ਓਏ ਲਾਲ ਪਰੀ ਦੇ ਸਾਰੇ ਤੁਰ ਪੋ ਵੀ ਅੱਗੇ ਲਾਲ ਪਰੀ ਆ ਉਹ ਚੱਕਣੀ ਆ ਚਲੋ ਚਲੋ ਭਾਈ ਵੀ ਲਵਾਏ ਦੇ ਸਾਨੂੰ ਨਾ ਭਾਈ 10 ਰੁਪਈਆਂ ਦੀ ਪੁੜੀ ਆਂਦੀ ਆ ਯਾਰ ਜ਼ਿੰਦਗੀ 'ਚ ਕਿਸੇ ਦੀ ਝਾਕ ਨਹੀਂ ਰੱਖਣੀ ਚਾਹੀਦੀ ਦੇਖ ਲੈ 2 ਘੰਟੇ ਕਿਹਾ ਸੀ ਕਿੰਨਾ ਚਿਰ ਹੋ ਗਿਆ ਬੈਠਿਆਂ ਨੂੰ ਓ ਬਾਈ ਤੂੰ ਨਾ ਰੱਖ ਚਾਹ ਕੇ ਕਿਸੇ ਦੀ ਤੈਨੂੰ ਕਿਹੜਾ ਕਿਸੇ ਨੇ ਕਿਹਾ ਸੀ ਵਗ ਜਾ ਉਰੋਂ ਨਾ ਨਾ ਮੈਂ ਤਾਂ ਯਾਰ ਛੱਡ ਕੇ ਥੋੜਾ ਜਿਹਾ ਸਾਦਾ ਓ ਤੂੰ ਇਹਨੂੰ ਮਲੀ ਹੋ ਜਾਏਗਾ ਕਿ ਪੂਰਾ ਲਵਾਏਗਾ ਵੀ ਨਾ ਤੂੰ ਆਪ ਲਾਉਣਾ ਨਾ ਸਾਨੂੰ ਲਵਾਉਣਾ ਓਏ ਇਹ ਸੋਡੇ ਵਸ ਦਾ ਲਾਣ ਵਾਲਾ ਨਹੀਂ ਹੈਗਾ ਨਾਲੇ ਮਲਦਾ ਤਾਂ ਮੈਂ ਆਏ ਆ ਵੀ ਜਦੋਂ ਨੂੰ ਪਹਿਲਾਂ ਵਾਲੇ ਦਾ ਅਸਰ ਖਤਮ ਹੋ ਦੂਜਾ ਹਥਿਆਰ ਤਿਆਰ ਰੱਖਾਂ ਸਾਨੂੰ ਲਵਾ ਦੇ ਚੁੰਡੀ ਨਾ ਬਈ ਸੋਤੋਂ ਨਹੀਂ ਚੱਲਿਆ ਜਾਣਾ ਓ ਬਾਈ ਕਦੋਂ ਕਾਊਗਾ ਉਹ ਓਏ ਟੈਨਸ਼ਨ ਕਿਉਂ ਲੈਨੇ ਹੋ ਮੈਨੂੰ ਲੱਗਦਾ ਆ ਗਿਆ ਦੇਖੋ ਦਾ ਬਾਸ਼ਨਾ ਆਦੀ ਐ ਲਾਲ ਪਰੀ ਦੀ ਓਏ ਹਾਂ ਉਹ ਆਉਂਦਾ ਉਹ ਆਉਂਦਾ ਕਿਉਂ ਦੇਖ ਲੈ ਤਾਂ ਹੀ ਨੀ ਕੱਢ ਕੇ ਲਿਆ ਦੇ
जवाक गंडा सा मार के सर पाड़ दूंगा। ओए मैं तो तेरी मदद ते करी थी। ओ सारे लड़दे क्यों, जड़ी पीती है एदा भी नशा उतर जूगा। भाई बोतल फड़ा। ओ भाई मी उस्ताद दी गल ते गौर करो। साले लगदे ने उस्ताद दे, उस्ताद ता मैनू लगदा थोड़ा टल्ली हो रहा जेड़ा सुनू लड़ाई जांदा है। ए उस्ताद ही बदलना पऊ आपां नू। आहो आ तेरी गल जमी ठीक है, तेरा दे प्यो टल्ली हो गया कल नू भी बदल दी। फिर उस्ताद जी तुसी छड्डो गल्लां की रखे गल्लां च, तुसी ऐ करो चमकीले दा गाना सुनाओ कोई। ये भी कोई बड़ी गल है, हुण ही सुनो। मैनू पैग ला दे वेला खड़ जा। ऐ गल नहीं अमनी उस्ताद जी, मैनू भी पा दो एक मिनट। देख लो सुन लो चमकीला, एक मिनट खड़ा ले। तुसी मेरा साथ देना फिर सारे ने गड के पूरा पूरा पूरा। हां ओके मां तू घबरा ना। करिए स्टार्ट खाड़ा हुण दोगे ध्यान पूरा। हां जी हां जी हां जी ओके हां जी। पैग दा लेना किसने? ना 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 तू मेरे कस ली होना। ले चलो फिर। ओए फुर फुर करके कोलों नंगी चिट्टी रोड ते सुरखी रंगी चिप्पी करके रख दती काली दा बल सखाता ओए सौरे दी लाल मरुती ने अज चक्का जाम कराता। सौरे दी लाल मरुती ने अज चक्का जाम कराता। ओ साले ओ आपा चमकीला साहब नू अरसां च बैठे नू ना उपर बाय सुनानी है भी तेरे थले फैन बैठे ने। कोई ना उस्ताद जी संघ पड़ा लांगे संघ। आहो साले जेड़ा हुण गाया जिन्ना क उन्ना क भी ना गाया जावे, संघ पड़वा लै तू पहला। ओए क्यों खैबड़दा इहदे नाल, तू तां ए खैबड़दा जिवें अगे नू प्रोग्राम बुक हुंदे हुंदे ने भी गला खराब हो जूगा। ओए यार तुसी सारा कुछ छड्डो, मी उस्ताद दे गाणियां दा स्वाद लो। रुक फिर दो मिनट हुणी सुनांदा ने। सुनो फिर। ओ पहला कम वैलियां ने वैल खटने, ओ दूजा कम बोतला दे डट पटने, ओ तीजा कम लैणी आपां मुल दी लड़ाई कोई ना के माई दलाल टक्करे नी तेरे दर ते दाते बलाउंदा मुंडा बकरे तेरे दर ते। क्या बात है सर। ले वो मर्चा किन्ना टाइम होगा गेम, घट्टो घट दो घंटे हो गए। मैं तो लगता है खेत गया, मन तो लगता कंजर ना अपने यार दोस्त ना डफन बह गया। यदा यही सैपर होगा आ कख रला है, फिर ना देख के लियाओ। मैं जानी हाँ लै छिंदरे अज ना सुक्का चाण दी मेरे प्यो दे स्थले नू, अज लैके उन्हें मोर कुट के। उस्ताद जी उस्ताद जी एक पैर अमरजोत कौर वाला भी हो जी। ਸਾਲਾ ਮੈਂ ਜਨਾਨੀ ਆ ਉਸਤਾਦ, ਉਹ ਗਾਣਾ ਆਪਾਂ ਭਰਜਾਏ ਦਾ। ਬਸ ਕਰੋ ਸਾਲਿਓ ਹੁਣ ਬਹੁਤ ਟਾਈਮ ਹੋ ਗਿਆ, ਹੁਣ ਜਿਹੜੀ ਆ ਬਚ ਗਈ ਤੁਸੀਂ ਪੀ ਲਿਓ ਨਾਲੇ ਮੰਜੇ ਮੁੰਜੇ ਸਾਹਮਣੇ ਆਇਓ ਕਿਤੇ ਤੁਹਾਡੀ ਭਰਜਾਈ ਨਾ ਮਾਂ ਕਰਾ ਜੇ। ਉਹ ਕਹਿੰਦੀ ਲੜਕੀ ਕਹਿੰਦੀ ਮੈਂ ਤੇਰੇ ਮਾਂ ਕਰਾਉਂਦੇ ਟਾਈਮ ਲਾਤਾ। ਉਸਤਾਦ ਜੀ ਭਰਜਾਈ ਕਿਹੜਾ ਬੰਦੂਕ ਲੈ ਕੇ ਆਜੂ, ਉਹੀ ਡਰੀ ਜਾਂਦੇ ਹੋ ਸਾਲਿਓ। ਵੇਲਣੇ ਮੂਹਰੇ ਬੰਦੂਕ ਦਾ ਕੀ ਮੁਕਾਬਲਾ ਹੈ। ओ यार तुसी तां होर छापा छेड़ के बह गए, उस्ताद एक गाना होर आण दे। ओ साला मैं उरे खाड़ा लाण आया, मैं तां जाना अपने घर नूं। क्यों सुन लै आए डरदा गला जनानी तों बणिया चमकीने दा। एडी गल भी हैगी ते फिर हो जाओ त्यार, एक सुनावा फिर। चल फिर एक सुनाऊंगा। रेडियां उस्ताद आण दे। ले भी करिए स्टार्ट। आण दो उस्ताद जी आण दो। ਕਰ ਦੀਏ ਉਹ ਪਹਿਲਾ ਯਾਰ ਦਾ ਬੁਲਾ ਨੂੰ ਲਾਉਂਦੇ। ਖੜ ਜਾ ਉਸਤਾਦ ਜੀ, ਗਾਣਾ ਬੜਾ ਵਧੀਆ, ਬਹੁਤ ਵਧੀਆ ਗਾਣਾ, ਇਹ ਤੇ ਫੀਲਿੰਗ ਵੀ ਹੋਣੀ ਚਾਹੀਦੀ। ਅਰੇ ਫਿਰ ਮੈਂ ਇਹਨੂੰ ਸਾਫ਼ ਕਰ ਲਾਂ ਅਗਲੇ ਨੂੰ। ਹਾਂ ਚਲੋ ਗੇਰਾ ਹੁਣ ਚਲੋ। ਉਹ ਸਾਨੂੰ ਵੀ ਲਵਾ ਦੇ ਪੂਰਾ ਚੁੰਡੀ, ਤੂੰ ਤਾਂ ਨਹੀਂ ਚੱਲਿਆ ਜਾਣਾ। ਲੈ ਵੀ ਸੁਣੋ ਫਿਰ ਹੁਣ ਤਾਂ ਬੋਲੋ ਨਾ ਧਿਆਨ ਦਿਓ।
ਵੀ ਪਹਿਲਾਂ ਜਰਦਾ ਬੁਲਾਂ ਨੂੰ ਲਾਉਂਦੇ ਫਿਰ ਸਟੇਰਿੰਗ ਨੂੰ ਹੱਥ ਪਾਉਂਦੇ ਨੀ ਬਾਬੇ ਦਾ ਨਾਮ ਧਿਆ ਕੇ ਨੀ ਬਾਬੇ ਦਾ ਨਾਮ ਧਿਆ ਕੇ ਕਾਂ ਦੇ ਸਿਰ ਜਿੰਨੀ ਫਿਰ ਆ ਕੇ ਸੀਨਾ ਤਾਰ ਲੈਂਦਾ ਨੀ ਦੋ ਖੋ ਤੋਂ ਪੁਰਜਾ ਪਛਾਣ ਲੈਂਦਾ ਨੀ ਦੋ ਖੋ ਤੋਂ ਪੁਰਜਾ ਪਛਾਣ ਲੈਂਦਾ ਉਹ ਮੈਨੂੰ ਦਿਖਦਾ ਨੀ खुंडा ली आदी है मोर बड़े कुटो सारी तार तू साले मेनू तो लाया चमकीला सुना तू लोग कबीलदारियां नहीं तेरिया जवाक दे चार खुडने बेचेगा मैं थोड़ी दे चक ला कल कम आजूगी तेन मैं चलानी उपर चढ़ी आने मेनु लगता टायर पंचर हो गया रोहित कुमार हुशियारपुर तो उन्होंने दिती है वीरे का बहुत बहुत धन्यवाद सानू इन्नी सपोर्ट कर रहा है ते होर भी वधिया वीडियो लेके आवांगे अपने चैनल नूं सबसक्राइब जरूर कर दो ते दब के शेयर कर दो ते पता लगे भी सानू किन्ना प्यार मिल रहा है। आशीर्वाद।